شلوات پرو باوا زلم اللهم صل على درود پڑھنا ایک بڑی اہم عبادت ہے مل کے شلوات پرو ہو خوشبودی منتظر زمانہ دی خاطر درود بھیجو خاطر درود بھیجو جڑے بولی بیٹھو ہے در کرامت مل کے نام امیر دی گونج ہوے ہائے داری مہربانی ہائے شریفہ سب تو پہلے تو میری دعائیں نے کہ مولا کائنات تو کو دنیا دے دکھاں تکلیفاں تو محفوظ رکھ ساری اس نازک دور دی امن انسان اللہ کے عالم حقیقی بادشاہی عبادت شمار کرے شمار شمار نہ کرے اسلامک دور دے وچ ہر شریف دی عزت محفوظ رہے مریم حسین حسین کرے دے اٹھی بھی اے یری کرے دے دور پنجا تے باہر ہوئے ہاتھ سا گنہ یار نہ ہوئے خدا تعالی مانی مجلس جناب الطاف حسین صاحب دی پوری وچ مولا منظور تے مقبول فرمائے ان لوگوں دے رزق وچ مولا کائنات برکت پاوے ان دے خرچ خراجات نظر نیاز دربار زہرا وچ مولا منظور تے مقبول فرمائے ان دے جتنے بھی مرحومین مولانا نو کروٹ کروٹ جنت نصیب فرمائے مولانا دے صغیرہ کبیرہ گناہ معاف فرمائے مولانا دی قبر منور فرمائے جتنی آئی بیٹھے اس دربار عالی والا ٹورایا منظور تے مقبول فرما رہے ہوں درود بھیجو آل محمد دی ذات اللہم صلی اے دیر سر بیٹھے سلوات سارے ہوں یاد مل کے سلوات کرو نا صلی اللہ ہے اجازت میں پڑھائی شروع کر رہا جناب دا بھی حکم ہے جی تھوڑا بھی ایڈا ہے جی بولو تو سنو گا آباد و شاد رکھے کوئی تلامی پڑھائی نہیں میرے بعد میرے برادر سید زیم عباس شاہ صاحب میرے عزیز غلام عباس صاحب میرے تو کروڑا درجے بہتر پڑھانے والے تشریف فرما لے قصیدہ تیری حیاتی ہوئے اے تو ہاتھ تک ہو اللہ رنگ لا لی جی 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 میں حکم دے دیتا ہے میرے پڑھنا پہ الہیاتی خریداری والا ادھر کیوں کہتا ہے مل کے نعرہ مارو ہائے نری ہوں درود بھیجو والے محمد دی ذات اللہم آ جاؤ بھائی درود ایک ایسی عبادت ہے جس سے خود خدا شریف کی مل کے سلامات پڑھو
ਇਮਾਮ ਹੁਸੈਨ ਰਹਿਮਤੁਲਾਹੀ ਇੱਕ ਜੁਮਲਾ ਮੈਂ ਸਹਿਤ ਦਾ ਜਿਹੜੇ ਰੋ ਰਹੇ ਹੋ ਕਿ ਆਪਣੇ ਵਤਨ ਉੱਤੇ ਬਹਿ ਬਹਿ ਕੇ ਵਤਨਾਂ ਨੂੰ ਰੋ ਠੀਕ ਹੈ ਬਾਬਾ ਜੀ ਹਰ ਅੱਖ ਹੁਸੈਨ ਨੂੰ ਨਹੀਂ ਰੋ ਸਕਦੀ ਹਜ਼ਾਰ ਅੱਖਾਂ ਹੁੰਦੀਆਂ ਤੇਰਾ ਨੌਕਰ ਮੇਰੀਆਂ ਮੁਖੀਆਂ ਪੁੱਤ ਜੋ ਕਿਵੇਂ ਲੁਕੀ ਨਹੀਂ ਲਈ ਬੇਟਾ ਹਰ ਘਰ ਛੋੜਿਆ ਜਦੋਂ ਵਸੇ ਘਰਾਂ ਚ ਵੈਸੋ ਘਰਾਂ ਦੇ ਦਰਵਾਜ਼ੇ ਵੱਜ ਖੁੱਲੇ ਸੋ ਸਾਲਾ ਸਜਾ ਵਸੇ ਰਾਸੋ ਚੰਦ ਮਿੰਟੋ ਨਾ ਗਰੀਬਾਂ ਦਾ ਜ਼ਿਕਰ ਸੁਣ ਲਿਓ ਜਿਨ੍ਹਾਂ ਦੇ ਜੰਦਲੇ ਰੰਗੇ ਤੇ ਚਾਬੀਆਂ ਨਾ ਲੱਗੀਆਂ ਪਰ ਤੇਰੀ ਜਾਨ ਹੀ ਸਲਾਮਤ ਰਹੇ ਯਾਰ ਹਰ ਅੱਖ ਛਾਈ ਜਾ ਰਹੀ ਹੈ ਜੀ ਨੌਕਰ ਤੇਰਾ ਖਾਦਮਾ ਜਿਹਨਾਂ ਝੋਲੀਆਂ ਪੁੱਤਰ ਨੂੰ ਮੇਰੀ ਝੋਲੀਆਂ ਫੈਲਾ ਹੋਵੇ ਤੇਰੀ ਜ਼ਿੰਦਗੀ ਦਾ ਰਾਜ ਹੋਵੇ ਇੰਤਲਾਮ ਲੈ ਖਲੋ ਤੇ ਬੱਚੇ ਮੈਂ ਆਇਆ ਮੈਂ ਲੱਗੇ ਬਾਬਾ ਜੀ ਦੁਰਾਨੀ ਸੀ ਆਜ਼ਾਦੀ ਦਾ ਇੱਕ ਜੁਮਲਾ ਸੁਣਾ ਰੁਬਾਬ ਦਾ ਮੋਢਾ ਜ਼ਖਮੀ ਹੋਇਆ ਨਾ ਸਜਾਦ ਮੈਂ ਅਮਨ ਕਰਨ ਆਈਆ ਮੈਂ ਪੱਥਰ ਥੱਲੇ ਨਾ ਮਾਈ ਤੇਰੀ ਜਵਾਨੀ ਸਲਾਮਤ ਰਹਿ ਨੌਕਰਾ ਜੀ ਨੌਕਰਾ ਤੇ ਦਰਬਾਰ ਪੈਸੇ ਤਾਂ ਰੱਖਣਾ ਜਦੋਂ ਮਾਂ ਮੋਢਾ ਲਾ ਕੇ ਕਹਿੰਦੇ ਉਹ ਅਕਬਰ ਦਾ ਕਾਤਲ ਇਨਾਮ ਤੋਂ ਰੁੱਠਾ ਵੈਂਦਾ ਹੈ ਕਿਆ ਬਾਤ ਹੈ ਸ਼ੇਖਪੁਰਾ ਨੇ ਨੌਕਰਾ ਅੱਲਾਹ ਯਾਦੀ ਕਰੀ ਕੋਈ ਚੀਜ਼ ਚਾਰ ਸਾਲ ਦੀ ਬਹਿਣ ਦੇ ਸਵਾਲ ਕਰਬਲਾ ਤੋਂ ਲੈ ਕੇ ਸ਼ਾਮ ਤੱਕ ਇਸ ਆਜ਼ਾਦੀ ਚੁੱਪ ਰਹੀ ਹਯਾਤੀ ਹੋ ਗਈ ਨਹੀਂ ਬੋਲੇ ਨਹੀਂ ਕਹਿ ਕਹਿ ਮਹਮਲ ਝੂਠੀ ਰਿਹਾ ਜ਼ਿੰਦਗੀ ਹੋ ਗਈ ਸੈਯਦਾ ਮਹਮਲ ਪੜਾ ਆਲੀਆ ਦੇ ਗੱਲ ਨਿੱਕੀਆਂ ਨਿੱਕੀਆਂ ਬਹਿ ਪਾ ਰਿਹਾ ਆਖਿਆ ਕਿਉਂ ਫੁੱਟੀ ਅੰਮਾ ਕਹਿ ਮੇਰੇ ਬਿਰਾ ਅਕਬਰ ਨੂੰ ਦਖਲ ਕੀਤਾ ਜਾਂ ਕੋਈ ਨਾ ਖਾਮੋਸ਼ ਰਹਿੰਦੀ ਸਬਰ ਦੀ ਪਰਵਰਦਿਗਾਰ ਮਸਤੂਰ ਮਲਕੇ ਤਹਾਰਤ ਮਰਯਮ ਕਰਬਲਾ ਅਲੀ ਦੀ ਅਲੀ ਦੀ ਸੱਤ ਮਾਰਿਆ ਤੇਰੀਆਂ ਫੁੱਕਾਂ ਮਨਜ਼ੂਰ ਹੋ ਗਈ ਸਕੀਨਾ ਸਕੀਨਾ ਰੋਕਿਆ ਦੀ ਜੀ ਫੁੱਕੀਆਂ ਮਾਂ ਅਲੀ ਦੀ ਦੀਦੀ ਵਾਲੀ ਇੱਕ ਮਿੰਟ ਤੇਰੇ ਪਿਓ ਦੀ ਮੌਤ ਮੁਕਾ ਛੋੜਿਆ ਤੂੰ ਤੇਰੀ ਚੁੱਪ ਮੁਕਾ ਛੋੜਿਆ ਯਾਰ ਕਿਹੜੇ ਚੰਗੇ ਬੰਦੇ ਆਏ ਬੈਠੇ ਹੋ ਨੌਕਰਾਂ ਜ਼ਰੂਰ ਬੋਲੀ ਕਰ ਸ਼ਾਮ ਚੱਲਾ ਤੋਂ ਬਗੈਰ ਸਜਾਦ ਤੋਂ ਬਗੈਰ ਹੋਰ ਕੋਈ ਸਾਡਾ ਹੈ ਆ ਜਵਾਨਾ ਤੁਹਾਡੇ ਨੌਕਰ ਉੜਦੀ ਦੀ ਗਿਰਦਾ ਵੇਲੋ ਰਿਹਾ ਸਾਢੇ ਚਾਰ ਸਾਲ ਦੀ ਮਾਸੂਮ ਸੈਯਦਾਦੀ ਮੇਰਾ ਦੀ ਜੋਲੀ ਇੱਕ ਸਾਲ ਹੋ ਰਿਹਾ ਲੇਕਿਨ ਕਿ ਹੱਥ ਮਾਰਿਆ ਸਜਾਦ ਦੀ ਨਾ ਕੀਤੀ ਆਖਿਆ ਸਜਾਦ ਮੇਰਾ ਲਖੀਨਾ ਵਿਆਹ ਐ ਸਜਾਦ ਦੇ ਸ਼ਾਮ ਦੇ ਕਹਿੰਦੀ ਵਤਨ ਤੇ ਵਰਦਨੀਆ ਕੋਈ ਨਾ ਵਾਹ ਬਈ ਵਾਹ ਸਾਡਾ ਜੋੜਾ ਆਇਆ
ਅਸੀਂ ਨਾ ਕੁਛ ਸਕੀਨਾ ਦਾ ਮਾਤਮ ਨਾ ਕਰ ਸੀ ਨੌਕਰ ਤੁਹਾਡੇ ਨੌਕਰ ਜੀ ਬਾਬਾ ਜੀ ਨੌਕਰ ਨੌਕਰ ਕੇ ਆਏ ਸਜਾਦੇ ਸ਼ਾਮ ਚ ਹਵਾ ਨਹੀਂ ਘੁਲਦੀ ਸਜਾਦਾ ਕੇ ਸਕੀਨਾ ਘੁਲਦੀ ਹੈ ਪਰ ਸਾਨੂੰ ਨਹੀਂ ਲੱਗਦਾ ਆਕੇ ਸਜਾਦ ਮੇਰੀਆਂ ਸੁਬੋ ਨਾਲ ਪੱਖੀ ਦੇ ਲੱਗੋ ਸਜਾਦ ਕੇ ਸਕੀਨਾ ਦੁਨੀਆਂ ਨੂੰ ਮਿਲਦੇ ਜੀ ਰੋਜ਼ੀ ਦੀ ਤਲਾਸ਼ ਸ਼ਾਮ ਨੂੰ ਮਿਲਦੇ ਜੀ ਘਰਾਂ ਨੂੰ ਮੇਰਾ ਦਿਦਾਰੀ ਚੁੱਕ ਕੇ ਆਖਿਆ ਕਿਉਂ ਸਜਾਦ ਕਦੀ ਸਾਡੇ ਘਰ ਹੱਸ ਹੈ ਸ਼ਾਬਾਸ਼ ਸ਼ਫਾ ਹੋ ਰਿਹਾ ਲੈ ਇਹ ਤਾਂ ਬੱਚੇ ਹੀ ਕੁਰਲਾ ਪੈਣ ਲੱਗ ਪਏ ਜੇ ਤਾਂ ਮੌਤ ਆਈ ਪਿਛਲੇ ਦਿਨ ਮੈਂ ਪੜ੍ਹਦਾ ਪਿਆ ਮੇਰੇ ਭਾਈ ਅੰਦਰ ਸਾਹਿਬ ਤੋਂ ਬਾਹਰ ਆ ਗਿਆ ਮੈਨੂੰ ਫਿਰ ਬਾਬਾ ਜੀ ਪਾਤਸ਼ਾਹ ਦੇ ਬਾਲ ਸਮਝ ਆਈ ਸਕਦੀ ਤੇ ਉਹ ਸਕੀਨਾ ਦੇ ਕੰਨ ਟੁੱਟ ਗਿਆ ਸਜਾਦ ਜਿਹੜੀ ਚਾਰ ਸਾਲ ਦੀ ਮਾਸੂਮ ਸਿੱਖਿਆ ਦਾ ਬਾਬਾ ਬਾਬਾ ਕਰ
کروں گی تیری کی لگتی ہے سیدہ دو ہے تو میں غریب دی بھائیں بھائی کیا بات ہے تھوڑی ہے کی نو کر دینا کہ نکی نکی ہے دیا یا بھائی رہے وہ تو میرے زنجیروں سے پانی چھنکا کر دی ہے وہ تو میرے پیروں کے تلیے چو کنڈے کڈے دی ہے یادو کیا کیوں کسوں کہ میری فوج بہاو پہ دو نہیں ہے میں نے واسطے کلے نہ جگہ تجویز کی تھی ہے اور جنہیں پرانے عزاد آ رہا ہے بک کمرو سی بطور دے چمن دی پاک کلی ہے پیو لو رہن کے رو رہے سی سیدہ دا بے غیرہ تو میری نسل کو کام نہیں ہے میرے باپ کے دیو مرے پنج سال حیاتی ہو گیا ٹکڑے ٹکڑے چکر میں اوف مکنے سا میری غیرت سبا شریف نو پتر نو دھیا دے درد دے رو نہ کرے جوان کے سلامت رہے رو کر بغیر تانا مار کے تے کیوں سجاد اللہ دا دین بچانا کوئی شوقی گل ہے اس تانا مارے ہے سجاد تے جگ رکھی دی بہر میں تو کیوں پتر زندہ نے چاہے بھوک دا زور گرمی دا موسم مٹی تے ستی ہو تیری زندگی ہو میں لا چولا ملوٹے ہاتھ زلفت خواب سجیت کپے روک سال تے کئی نشان اب میں تیرے نو کر اور تیری حیاتی ہوئے وائن کر کے رو مانا لا اللہ جانا سامنے لی دی دی بیٹھی ہے کیدو دھوک دے اسگر دی با اسگر دے دو چودے چائی بیٹھی ہے آدیاں میں آبا آدی جھولی برباد چکی دی نو کر سجاد پہلے بھینڈ لطانیوں آیا ہے لکسیانیوں آیا ہے اشک پورے آنے ہوں بھینڈ نہیں بیتا ہے کہ میں کاری قرآن در رہا ہوں بیٹے تمہیں تری حیاتی ہوگا بیتا بھینڈ درے گا جناب زینب آلیا مال کریں دا ہے رو رو کہتا ہے پھپی علی ردی دیا والے جی ویا بے رو کہتا ہے پھپی ہم جگہ سمن دے موسم لگ گئے آباس ایلی دیدی دیا رہی جنہوں کو نشان میں آج پہلا دن میں اللہ اللہ کر کے سمائیے سجادہ دے رکے دا انہوں نے کہا پیو دے قاتل دا شہر ہی میں در میں کدھے پہ بیکھنے اور وکری قید نہ آیا ہے سجوانا قید نہ آیا دیو پکھی رکا زندہ نہ دے پھڑ دا دا چار سال دی سکھ ہزار دی مٹی تے تڑکی ہے ویرو ویرو کر ویرو نکلی ہے نکل گیا جوڑ کے ادھی سجا
ਸੱਚੀ ਮਾਂ ਛੁੜਾਇਆ ਸੱਚੀ ਮਾਂ ਖੱਪੀ ਚ ਪੈਂਦੀ ਏ ਬਾਤ ਖੱਪੀ ਛੁੜਾਇਆ